యేసు రాజా దిల్ మే సమా జా మే సన తేరి గా ਸਾਡੇ ਸਾਹਮਣੇ ਆ ਰਿਹਾ ਹੈ ਉਹ ਡਾਕਟਰ ਦਾ ਡਾਕਟਰ ਹਕੀਮਾਂ ਦਾ ਹਕੀਮ ਤੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਉਹ ਸਾਨੂੰ ਸੂਣ ਵਾਸਤੇ ਜਾ ਰਿਹਾ ਹੈ ਚੰਗਿਆਈ ਦੇਣ ਵਾਸਤੇ ਆ ਰਿਹਾ ਹੈ ਆਸ਼ਾ ਦੇ ਬਰਕਤਾਂ ਦੇ ਨਾਲ ਮਾਲਾ ਮਾਲ ਕਰਨ ਦੇ ਲਈ ਆ ਰਿਹਾ ਹੈ ਉਹਨੇ ਸਾਨੂੰ ਸਾਰਿਆਂ ਨੂੰ ਬੁਲਾਇਆ ਸੰਤ ਮਦੀ ਦੀ ਅੰਜੀਲ ਗਿਆਰਾਂ ਬਾਬ 28 ਐਤ ਦੇ ਵਿੱਚ ਉਹਨੇ ਸਾਨੂੰ ਸਾਰਿਆਂ ਨੂੰ ਬੁਲਾਇਆ ਤੁਸੀਂ ਜਿਹੜੇ ਥੱਕੇ ਮੰਨਦੇ ਬਾਹਰ ਦੇ ਬੋਝ ਦੇ ਥੱਲੇ ਦੱਬੇ ਹੋਏ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਆਰਾਮ ਦੇਣ ਵਾਲਾ ਆਸ਼ਾ ਦੇ ਬਰਕਤਾਂ ਦੇਣ ਵਾਲਾ ਪਲ ਹੀ ਸਮੇਂ ਦੇ ਵਿੱਚ ਥੋੜੇ ਹੀ ਸਮੇਂ ਦੇ ਵਿੱਚ ਸਾਡੇ ਵਿੱਚ ਆਉਣ ਵਾਲੇ ਹਨ ਆਖੋ ਮੈਂ ਬਸ ਤੂੰ ਹੀ ਤੂੰ ਹੋ बस तू ही तू बातों में बस तू ही तू हो बातों में बस तू ही तू हो आंखों में बस तू ही तू हो आंखों में बस तू ही तू बातों में बस तू ही तू हो ਵਡਿਆਈ ਕਰੋ ਆਖੋ ਮੇ ਬਸ ਤੂੰ ਹੀ ਤੂੰ ਹੈ ਬਾਤੋ ਮੇ ਬਸ ਤੂੰ ਹੀ ਤੂੰ ਹੈ ਆਏ ਪ੍ਰਭੂ ਯੇਸੂ ਸਾਨੂੰ ਆਪਣਾ ਸੁੰਦਰ ਮੁਖੜਾ ਦਿਖਾ ਦੇ ਸਾਨੂੰ ਆਸ਼ੀਸ਼ ਤੇ ਬਰਕਤ ਦੇ ਦੇ ਤਾਂ ਕਿ ਇਹ ਸਮਾਂ ਤੇਰੀ ਹਜ਼ੂਰੀ ਵਿੱਚ ਬਿਤਾ ਕੇ ਤੇਰੀ ਸਤੁਤੀ ਦੇ ਵਡਿਆਈ ਅਤੇ ਮਹਿਮਾ ਕਰ ਸਕੀਏ ਰਾ ਸੱਚ ਜੀਵਨ ਤੂੰ ਹੀ ਤੂੰ ਹੋ ਰਾ ਸੱਚ ਜੀਵਨ ਤੂੰ ਹੀ ਤੂੰ ਮੇਰੀ ਮੁਕਤੀ ਤੂੰ ਹੀ ਤੂੰ ਹੋ ਮੇਰੀ ਮੁਕਤੀ ਤੂੰ ਹੀ ਤੂੰ ਰਾ ਸੱਚ ਜੀਵਨ ਤੂੰ ਹੀ ਤੂੰ ਹੋ ਰਾ ਸੱਚ ਜੀਵਨ ਬਣਾ ਜਾ ਮੈਂ ਸਦਾ ਤੇਰੀ
ਸਾਕਰਮੈਂਟ ਦੇ ਵਿੱਚ ਵਿਰਾਜਮਾਨ ਹੈ ਉਹ ਕਹਿੰਦਾ ਰਾਹ ਸੱਤ ਦੇ ਜੀਵਨ ਮੈਂ ਹਾਂ ਮੈਂ ਹੀ ਮੁਕਤੀ ਹਾਂ ਮੈਂ ਹੀ ਨਜਾਤ ਹਾਂ ਜੋ ਮੇਰੀ ਪੈਰਵਾਈ ਕਰੇਗਾ ਕਦੇ ਵਾਸਤੇ ਹਨੇਰੇ ਵਿੱਚ ਨਹੀਂ ਭਟਕੇਗਾ ਰਾਹ ਸੱਤ ਦੇ ਜੀਵਨ ਪ੍ਰਭੂ ਯੇਸੂ ਸਾਡੇ ਸਾਰਿਆਂ ਦੇ ਵੱਲ ਵੇਖ ਰਿਹਾ ਤੁਸੀਂ ਵੀ ਉਹਦੇ ਵੱਲ ਵੇਖੋ ਉਹ ਥੋੜੇ ਹੀ ਸਮੇਂ ਦੇ ਵਿੱਚ ਤੁਹਾਨੂੰ ਛੂਟ ਵਾਸਤੇ ਜਾ ਰਿਹਾ ਹੈ ਤੁਹਾਡੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਜਾ ਰਿਹਾ ਹੈ ਚਿੰਤਾਵਾਂ ਨੂੰ ਦੂਰ ਕਰਨ ਵਾਸਤੇ ਜਾ ਰਿਹਾ ਹੈ ਤੁਹਾਡੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਜਾ ਰਿਹਾ ਹੈ ਤੁਹਾਡੇ ਪਰਿਵਾਰਾਂ ਵਿੱਚ ਪਿਆਰ ਸ਼ਾਂਤੀ ਦੀ ਏਕਤਾ ਦਾ ਰਾਹ ਸਥਾਪਿਤ ਕਰਨ ਵਾਸਤੇ ਜਾ ਰਿਹਾ ਹੈ ਸਾਰੇ ਮਿਲ ਕੇ ਉਹਦੀ ਸਤੁਤੀ ਕਰੋ ਵਡਿਆਈ ਕਰੋ ਉਹਨੇ ਕਿਹਾ ਮੇਰਾ ਨਾਂ ਲੈ ਕੇ ਬਾਪ ਦੇ ਕੋਲ ਤੁਸੀਂ ਕੁਝ ਵੀ ਮੰਗੋਗੇ ਤੇ ਬਾਪ ਤੁਹਾਨੂੰ ਜ਼ਰੂਰ ਦੇਵੇਗਾ ਪਰੰਤੂ ਤੇ ਪ੍ਰਾਉ ਦੁਆ ਕਰੋ ਪ੍ਰਾਰਥਨਾ ਕਰੋ ਇਹ ਸਮਾਂ ਇਹ ਸੌਣ ਦਾ ਸਮਾਂ ਨਹੀਂ ਤੁਸੀਂ ਜਗਰਾਤਾ ਨਾਈਟ ਵਿਜਲ ਦੇ ਵਾਸਤੇ ਆਏ ਹੋ ਸੌਣ ਦੇ ਵਾਸਤੇ ਨਹੀਂ ਤੁਸੀਂ ਦੂਰ ਦੁਰਾਡੇ ਤੋਂ ਚੱਲ ਕੇ ਆਏ ਹੋ ਪ੍ਰਭੂ ਯੇਸੂ ਨੂੰ ਮਿਲਣ ਵਾਸਤੇ ਉਹਦੀ ਆਸ਼ਿਸ਼ ਤੇ ਬਰਕਤ ਹਾਸਲ ਕਰਨ ਵਾਸਤੇ ਉਹ ਜ਼ਰੂਰ ਤੁਹਾਨੂੰ ਆਸ਼ਿਸ਼ ਤੇ ਬਰਕਤ ਦੇਵੇਗਾ ਸੰਤ ਮਦੀ ਦੀ ਅੰਜੀਲ 7 ਬਾਬ ਦੇ ਵਿੱਚ ਪ੍ਰਭੂ ਯੇਸੂ ਕਹਿੰਦਾ ਮੰਗੋ ਤੁਹਾਨੂੰ ਦਿੱਤਾ ਜਾਏਗਾ ਲੱਭੋ ਤੇ ਤੁਹਾਨੂੰ ਮਿਲੇਗਾ ਖਟਖਟਾਓ ਤੇ ਤੁਹਾਡੇ ਲਈ ਖੋਲਿਆ ਜਾਏਗਾ ਸੰਤ ਮਦੀ ਦੀ ਅੰਜੀਲ 18 ਬਾਬ 19 ਤੇ 20 ਆਇਤ ਦੇ ਵਿੱਚ ਪ੍ਰਭੂ ਯੇਸੂ ਕਹਿੰਦਾ ਜਿੱਥੇ 2 ਜਾਂ 3 ਇਕੱਠੇ ਹੋ ਕੇ ਮੇਰਾ ਨਾਂ ਲੈ ਕੇ ਬਾਪ ਦੇ ਕੋਲੋਂ ਤੁਸੀਂ ਕੁਝ ਵੀ ਮੰਗੋਗੇ ਤੇ ਬਾਪ ਤੁਹਾਨੂੰ ਜ਼ਰੂਰ ਦੇਵੇਗਾ ਕ੍ਰੂਸ ਪੇ ਤੂਨੇ ਕਸ਼ਟ ਉਠਾਏ ਕ੍ਰੂਸ ਪੇ ਤੂਨੇ ਕਸ਼ਟ ਉਠਾਏ ਫਿਰ ਤੂੰ ਸਭ ਕੇ ਦੁੱਖ ਉਠਾਏ ਫਿਰ ਤੂੰ ਸਭ ਕੇ ਦੁੱਖ ਉਠਾਏ ਕ੍ਰੂਸ ਪੇ ਤੂਨੇ ਕਸ਼ਟ ਉਠਾਏ ਕ੍ਰੂਸ ਪੇ ਤੂਨੇ ਉਠਾਏ ਤੂੰ ਸਭ ਕੇ ਦੁੱਖ ਉਠਾਏ ਫਿਰ ਤੂੰ ਸਭ ਕੇ ਦੁੱਖ ਉਠਾਏ ਰੋ ਗੋ ਮੁਝ ਮੇ ਸਮਾ ਮੈਂ ਸਨਾ ਤੇਰੀ ਗਾ
हाथ पसार के हालेलुया परमेश्वर की वडियाई होवे, प्रभु यीशु की वडियाई होवे, पवित्र आत्मा की वडियाई होवे। आए प्रभु यीशु, आए दाऊद के पुत्र प्रभु यीशु, साढ़े सारे उते दया का, साढ़े सारे उते रहम का, साढ़े बिशप उते दया का, साढ़ी डायसिस उते दया का, डायसिस की कलीसिया उते दया का, सारे फादर सिस्टर ते मनादा उते दिया का। हालेलुया 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 हालेलुया। पंडित भरा बैठ जाओ। 12 बजे तो बाद असी सनिचरवार दे विच प्रवेश कर चुके हैं। कहंदा मतबुल कल की होण वास्ते जा रहा, कोई दस सकदा? खजूरां दा एतवार, अंग्रेजी दे विच कहंदे पाम संडे। कई पिंडां दे कहिंदे ने कि खग्गियां दा एतवार। एक पैरिस दे विच मैं गया जी, फादर जी इहनूं ते खग्गियां दा एतवार वी बोलदे ने, खजूरां दा एतवार नूं। पंडते भराओ, रोजियां दा समा, पछतावे दा समा, तब्दीली दा समा, अपने आप नूं बदलन दा समा, उन्हां चीजां नूं छड्डन दा समा, उन्हां चीजा तो परहेज करन दा समा जिन्हां नूं असीं ज्यादा पसंद करदे हाँ। रोजियां दा समा, पछतावे दा, तब्दीली दा, ट्रांसफॉर्मेशन दा समा है। बहुत वारी भैणों ते भराओ, रोजा ते असीं रख लैंदे हाँ पर दुआ नहीं हुंदी। प्रभु यीशु मसीह 40 दिन दा ते 40 रातां रोजा रखण वास्ते किते गए? किते गए? पहाड़ ते गए। प्रभु यीशु मसीह ने रोजा ही नहीं रखिया, उन्हें की कीता? प्रार्थना कीती, दुआ कीती। सचमुच पण दे भराओ, जदों असी भी कोई खुदाई काम करते हाँ, भलाई का काम करते, चंगियाई का काम करते हाँ, ते जरूर उत्थे कोई रोड़ा अटकाउण वाला आ जाता है।
ਕਿਸੇ ਨਾ ਕਿਸੇ ਤਰੀਕੇ ਸਾਡੇ ਕੰਮ ਦੇ ਵਿੱਚ ਪ੍ਰਾਰਥਨਾਮਈ ਕੰਮ ਦੇ ਵਿੱਚ ਭੰਗ ਪਾਉਣ ਵਾਲਾ ਕੋਈ ਆ ਜਾਂਦਾ ਹੈ। ਹਲੇਲੂਇਆ ਹਲੇਲੂਇਆ। ਤੁਸੀਂ ਦੇਖਿਆ ਵਚਨ ਦੇ ਵਿੱਚ ਜਦੋਂ ਸੁਣੋਗੇ ਪਤਾ ਲੱਗੇਗਾ ਪ੍ਰਭੂ ਯੇਸੂ ਭਲਾਈ ਦੇ ਚੰਗਿਆਈ ਦੇ ਕੰਮ ਕਰਨ ਤੋਂ ਬਾਅਦ ਪ੍ਰਭੂ ਯੇਸੂ ਮਸੀਹ ਨੇ ਕਿੰਨੇ ਸਾਲ ਭਲਾਈ ਦੇ ਚੰਗਿਆਈ ਦੇ ਚਮਤਕਾਰੀ ਕੰਮ ਕੀਤੇ ਕੋਈ ਦੱਸ ਸਕਦਾ? ਨਾ 3.5 ਸਾਲ ਤੇ ਨਾ 30 ਸਾਲ, ਸਿਰਫ 3 ਸਾਲ। ਓਨਲੀ 3 ਈਅਰਸ, 3 ਸਾਲ। ਜਦੋਂ ਪ੍ਰਭੂ ਯੇਸੂ ਮਸੀਹ ਦਾ ਬਪਤਿਸਮਾ ਹੋਇਆ, ਬਪਤਿਸਮਾ ਹੋਇਆ ਤੇ ਉਪਰੋਂ ਇੱਕ ਆਵਾਜ਼ ਆਈ ਸੀ। ਉਹ ਆਵਾਜ਼ ਕਿਹੜੀ ਸੀ? ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਖੁਸ਼ ਹਾਂ। ਬਪਤਿਸਮਾ ਲੈਣ ਤੋਂ ਬਾਅਦ ਪ੍ਰਭੂ ਯੇਸੂ ਪ੍ਰਚਾਰ ਦੇ ਵਿੱਚ ਨਿਕਲ ਜਾਂਦਾ, ਚਮਤਕਾਰੀ ਕੰਮ ਕਰਦਾ, ਭਲਾਈ ਦੇ ਕੰਮ ਕਰਦਾ। 4 ਅੰਜੀਲਾਂ ਦੇ ਵਿੱਚ ਪ੍ਰਭੂ ਯੇਸੂ ਮਸੀਹ ਨੇ ਕਿੰਨੇ ਚਮਤਕਾਰ ਕੀਤੇ? 32 ਚਮਤਕਾਰ ਕੀਤੇ। 4 ਅੰਜੀਲਾਂ ਦੇ ਵਿੱਚ 32 ਚਮਤਕਾਰ ਕੀਤੇ ਪ੍ਰਭੂ ਯੇਸੂ ਨੇ ਇਹ 3 ਸਾਲਾਂ ਦੇ ਵਿੱਚ। 57 ਕਹਾਣੀਆਂ ਦ੍ਰਿਸ਼ਟਾਂਤ ਸੁਣਾ ਸੁਣਾ ਕੇ ਲੋਕਾਂ ਨੂੰ ਵਚਨ ਸਮਝਾਇਆ। ਸੱਚਮੁੱਚ ਪੜ੍ਹਨ ਦੇ ਭਰਾਓ, ਇਹ ਸਭ ਭਲਾਈ ਦੇ ਚੰਗਿਆਈ ਦੇ ਚਮਤਕਾਰੀ ਕੰਮ ਕਰਨ ਤੋਂ ਬਾਅਦ ਪ੍ਰਭੂ ਯੇਸੂ ਕਿੱਥੇ ਜਾਂਦੇ ਨੇ? ਰੋਜ਼ਾ ਰੱਖਣ ਲਈ ਬੀਆਬੋਨ ਜੰਗਲ ਦੇ ਵਿੱਚ ਜਾਂਦੇ ਨੇ। 40ਵੇਂ ਦਿਨ ਜਦੋਂ ਪ੍ਰਭੂ ਯੇਸੂ ਨੂੰ ਭੁੱਖ ਲੱਗਦੀ ਹੈ, ਉੱਥੇ ਕੌਣ ਆਉਂਦਾ? ਖਰਗੋਸ਼? ਕੌਣ? ਸ਼ੈਤਾਨ। ਤੇ ਸ਼ੈਤਾਨ ਆ ਕੇ ਪ੍ਰਭੂ ਯੇਸੂ ਨੂੰ ਕੀ ਕਹਿੰਦਾ? ਮੈਡਮ ਤੇ ਭਰਾਓ ਕੀ ਕਹਿੰਦਾ? ਇੱਧਰ ਸਹੀ ਉੱਤਰ ਆ ਰਿਹਾ। ਜੇਕਰ 40ਵੇਂ ਦਿਨ ਜਦੋਂ ਪ੍ਰਭੂ ਯੇਸੂ ਨੂੰ ਭੁੱਖ ਲੱਗਦੀ ਹੈ, ਸ਼ੈਤਾਨ ਉੱਥੇ ਆ ਜਾਂਦਾ ਪ੍ਰਭੂ ਯੇਸੂ ਦਾ ਇਮਤਿਹਾਨ ਲੈਣ ਦੇ ਲਈ, ਪ੍ਰਭੂ ਯੇਸੂ ਦੀ ਪ੍ਰੀਖਿਆ ਲੈਣ ਦੇ ਲਈ, ਪ੍ਰਭੂ ਯੇਸੂ ਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਦੇ ਲਈ। ਪਰ ਪੜ੍ਹਨ ਦੇ ਭਰਾਓ, ਪ੍ਰਭੂ ਯੇਸੂ ਸਾਡੇ ਵਰਗਾ ਨਹੀਂ ਸੀ, ਅਸੀਂ ਕਮਜ਼ੋਰ ਹਾਂ। ਰੋਜ਼ਾ ਅਸੀਂ ਰੱਖ ਲੈਂਦੇ ਹਾਂ ਤੇ ਦੁਆ ਨਹੀਂ ਕਰਦੇ। ਰੋਜ਼ਾ ਰੱਖਣ ਦਾ ਫਾਇਦਾ ਕੀ ਹੈ? ਕੋਈ ਫਾਇਦਾ? ਜੇਕਰ ਅਸੀਂ ਰੋਜ਼ਾ ਰੱਖਦੇ ਹਾਂ ਅੰਨ ਬਚਾਉਣ ਲਈ, ਪੈਸੇ ਬਚਾਉਣ ਲਈ, ਇਹੋ ਜਿਹਾ ਰੋਜ਼ਾ ਖੁਦਾ ਨੂੰ ਤੇ ਪ੍ਰਭੂ ਯੇਸੂ ਨੂੰ ਬਿਲਕੁਲ ਮਨਜ਼ੂਰ ਨਹੀਂ ਹੈ। ਚਲੋ ਸਾਰਾ ਪਰਿਵਾਰ ਰੋਜ਼ਾ ਰੱਖ ਲਈਏ ਕਿਉਂਕਿ ਪੈਸੇ ਬਚਣਗੇ। ਜੇਕਰ ਤੁਸੀਂ ਪੈਸੇ ਬਚਾਉਣ ਦੇ ਲਈ ਹੀ ਰੋਜ਼ਾ ਰੱਖਦੇ ਹੋ ਤੇ ਤੁਹਾਡਾ ਇਹ ਰੋਜ਼ਾ ਕੰਪਲੀਟ ਨਹੀਂ ਹੈ, ਖੁਦਾ ਨੂੰ ਮਨਜ਼ੂਰ ਨਹੀਂ ਹੈ। ਪ੍ਰਭੂ ਯੇਸੂ ਮਸੀਹ ਨੇ ਰੋਜ਼ 40 ਦਿਨ ਅਤੇ ਰਾਤ ਰੋਜ਼ਾ ਰੱਖਿਆ ਅਤੇ ਪੂਰਾ ਸਮਾਂ ਦੁਆ ਦੇ ਵਿੱਚ ਭਰਪੂਰ ਸੀ, ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋ ਚੁੱਕਿਆ ਸੀ, ਪਰਮੇਸ਼ਵਰ ਦੀ ਆਤਮਾ ਉਹਦੇ ਵਿੱਚ ਸੀ। ਇਸੇ ਕਰਕੇ ਪ੍ਰਭੂ ਯੇਸੂ ਮਸੀਹ ਸ਼ੈਤਾਨ ਦੇ ਇਸ ਪ੍ਰਸ਼ਨ ਦਾ ਉੱਤਰ ਦੇਣ ਦੇ ਲਈ ਬਿਲਕੁਲ ਆਪਣੇ ਆਪ ਨੂੰ ਤਿਆਰ ਕਰ ਚੁੱਕਿਆ ਸੀ। ਹਲੇਲੂਇਆ ਹਲੇਲੂਇਆ। ਪ੍ਰਭੂ ਯੇਸੂ ਮਸੀਹ ਨੇ ਸ਼ੈਤਾਨ ਨੂੰ ਆਖਿਆ, ਬਾਈਬਲ ਦੇ ਵਿੱਚ ਲਿਖਿਆ, ਵਚਨ ਦੇ ਵਿੱਚ ਲਿਖਿਆ, ਕੀ ਲਿਖਿਆ? ਇਨਸਾਨ ਰੋਟੀ ਦੇ ਨਾਲ ਨਹੀਂ ਜਿਉਂਦਾ, ਰੋਟੀ ਤੋਂ ਬਿਨਾਂ ਵੀ ਇਨਸਾਨ ਜਿਉਂਦਾ ਰਹਿ ਸਕਦਾ ਹੈ। ਇਨਸਾਨ ਰੋਟੀ ਦੇ ਨਾਲ ਨਹੀਂ ਜਿਉਂਦਾ, ਪਰ ਪਰਮੇਸ਼ਵਰ ਦੇ ਮੂੰਹ ਵਿੱਚੋਂ ਨਿਕਲ ਵਾਲੇ ਹਰ ਇੱਕ ਸ਼ਬਦ ਦੇ ਨਾਲ ਜਿਉਂਦਾ ਹੈ। ਹਲੇਲੂਇਆ 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 ਹਲੇਲੂਇਆ। ਇੰਨਾ ਚੰਗਾ ਤੇ ਸੁੰਦਰ ਉੱਤਰ ਪ੍ਰਭੂ ਯੇਸੂ ਨੇ ਸ਼ੈਤਾਨ ਨੂੰ ਦਿੱਤਾ। ਜੇਕਰ ਤੁਸੀਂ ਰੋਜ਼ਾ ਰੱਖਿਆ, ਦੁਆ ਵੀ ਕੀਤੀ ਹੈ ਤੇ ਸ਼ੈਤਾਨ ਤੁਹਾਨੂੰ ਆ ਕੇ ਸਵਾਲ ਪੁੱਛੇ ਤੇ ਤੁਹਾਡੇ ਕੋਲ ਜਵਾਬ ਨਹੀਂ ਆਉਣਾ ਕਿ ਤੁਸੀਂ ਰੋਜ਼ਾ ਤੇ ਰੱਖਿਆ, ਤਿਆਰੀ ਬਿਲਕੁਲ ਨਹੀਂ ਕੀਤੀ। ਪ੍ਰਭੂ ਯੇਸੂ ਨੇ ਪੂਰੀ ਤਿਆਰੀ ਕੀਤੀ ਸੀ। ਇਸ ਕਰਕੇ ਪ੍ਰਭੂ ਯੇਸੂ ਨੇ ਸ਼ੈਤਾਨ ਨੂੰ ਇੱਕਦਮ ਉੱਤਰ ਦਿੱਤਾ। ਫਿਰ ਸ਼ੈਤਾਨ ਫਿਰ ਪ੍ਰਭੂ ਯੇਸੂ ਦਾ ਇਮਤਿਹਾਨ ਲੈਣਾ ਚਾਹੁੰਦਾ, ਪ੍ਰਭੂ ਯੇਸੂ ਮਸੀਹ ਨੂੰ ਪਹਾੜ ਤੇ ਲੈ ਜਾਂਦਾ,
ਤੇ ਕਹਿੰਦਾ ਹੈ ਕਿ ਵਚਨ ਦੇ ਵਿੱਚ ਲਿਖਿਆ ਜੇਕਰ ਤੂੰ ਉੱਤੋਂ ਸਾਲਾਂਗ ਵੀ ਲਾਏਗਾ ਤੇ ਤੇਰੇ ਫਰਿਸ਼ਤੇ ਤੈਨੂੰ ਆਪਣੇ ਹੱਥਾਂ ਦੇ ਵਿੱਚ ਚੁੱਕ ਲੈਣਗੇ ਤੇ ਤੈਨੂੰ ਚੋਟ ਤੱਕ ਵੀ ਨਹੀਂ ਲੱਗੇਗੀ। ਤਾਂ ਪ੍ਰਭੂ ਯਿਸੂ ਮਸੀਹ ਕੀ ਕਹਿੰਦਾ, ਵਚਨ ਦੇ ਵਿੱਚ ਲਿਖਿਆ, ਬਾਣੀ ਵਿੱਚ ਲਿਖਿਆ, ਤੂੰ ਆਪਣੇ ਪਰਮੇਸ਼ਵਰ ਦਾ ਇਮਤਿਹਾਨ ਨਾ ਲੈ, ਪ੍ਰੀਖਿਆ ਨਾ ਲੈ, ਐਗਜ਼ਾਮੀਨੇਸ਼ਨ ਨਾ ਲੈ। ਤਿੰਨ ਵਾਰੀ ਸ਼ੈਤਾਨ ਨੇ ਪ੍ਰਭੂ ਯਿਸੂ ਦੀ ਪ੍ਰੀਖਿਆ ਲਈ। ਤੀਸਰੀ ਵਾਰੀ ਸ਼ੈਤਾਨ ਕਹਿੰਦਾ, ਆਪਣੀਆਂ ਸਾਰੀਆਂ ਬਾਦਸ਼ਾਹੀਆਂ ਦਿਖਾ ਦਿੱਤੀਆਂ, ਸਭ ਮੈਂ ਤੈਨੂੰ ਦੇ ਦੇਵਾਂਗਾ। ਤੇ ਪ੍ਰਭੂ ਯਿਸੂ ਨੂੰ ਕੀ ਕਹਿੰਦਾ, ਸ਼ੈਤਾਨ ਮੇਰੀ ਅੱਖਾਂ ਦੇ ਸਾਹਮਣੇ ਦੂਰ ਹੋ ਜਾ, ਵਚਨ ਵਿੱਚ ਲਿਖਿਆ ਕਿ ਤੇਰਾ ਇੱਕੋ ਹੀ ਖੁਦਾ ਹੈ, ਤੇਰਾ ਇੱਕੋ ਹੀ ਪਰਮੇਸ਼ਵਰ ਹੈ, ਤੂੰ ਉਹਨੂੰ ਸਿਜਦਾ ਕਰ ਅਤੇ ਉਹਦੀ ਹੀ ਆਰਾਧਨਾ ਕਰ। ਹਾਲੇਲੂਇਆ, 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 ਹਾਲੇਲੂਇਆ।